स्वागत है किसान वीरों तुहाडा यूट्यूब चैनल सदक डेयरी फार्मिंग दे विच। किसान वीरों अज जिहड़ी वीडियो बना रहे हैं पिंड चन्नू वाला ते इहनू जिहड़ी तहसील पैंदी है बाघा पुराणा जिला मोगा। बाघे पुराणे तो जे भगते भाई नू जाना होवे तां मेन रोड दे उत्ते दोस्तों इह पिंड है। शौक वजो बाई जी होरी कुछ पशु घरे रखदे आ, पशु इहनां दे पुराणी ब्लड लाइन जिहड़ी दोस्तों चंगी तुरी आउंदी आ। पहलां वी इक वीडियो मेरे ख्याल च पिछले साल दे विच पाई सी, झोटी पहलां ही ओह सी सेल हो गई सी। इक अद्धी झोटी जदों तैयार हो जांदी आ मगर ओह कढ दिंदे आ क्योंकि मेन कारोबार खेतीबाड़ी दा। दुध जिहड़े पशु आ ओह घर दी लोड वास्ते दुध वास्ते रखे जांदे। सो अज जिहड़ी दोस्तों वीडियो बना रहे हो उहदा मकसद इह, सामणे जिहड़ी मझ तुसीं झोटी देख रहे हो इह विकाऊ कीती आ, डिटेल सारी पुछ लांगे। जिहनूं पसंद आ जूगी आपदी तसल्ली दे नाल तुसीं इत्थे आ के देख के सौदा कर सकदे हो। आओ दोस्तों वीडियो नूं अगे शुरू करदे आं ते रिकॉर्ड सारा पुछदे आं बाई तों। बाई सत श्री अकाल। सत श्री अकाल बाई जी। नाम दस्सो वीर जी। भजन सिंह। भजन सिंह बाई, इह जिहड़ियां आपां पशु रखदे आं घर दे पशु आ जां व्यापार दा कम वी कर लैंदे? घर दा, घर दे पशु जी। घर दे पशु आ। इह झोटी कहिंदा मां सूआ? पहले सूए सूणा जी। पहले सूए सूणा, ठीक है। किन्ने दिन लैंदी आ बाई सूण च? इह दो तीन दिन ही लऊगी। दो तीन दिन ही लऊ हजे, ठीक है। ते रेट इहदा की रख्या? 1,10,000। ਤੇ ਦੰਦੋ ਕਿਵੇਂ ਵੀ ਰਹੇ? 4 ਦੰਦ ਜੀ। 4 ਦੰਦ। ਕਿੰਨੇ ਕ ਦੁੱਧ ਵਾਲੀ ਮੱਝ ਆ ਬਈ ਇਹਦੀ ਮਾਂ ਜਿਹੜੀ? ਉਹ 15-16 ਕਿਲੋ ਦੁੱਧ ਦੇ ਰਿਕਾਰਡ ਹੈ ਜੀ। 15-16 ਕਿਲੋ ਦੁੱਧ ਚੋਂਦੇ ਰਹੇ ਆ, ਠੀਕ ਹੈ। ਖੋਲੀ ਵੀਰੇ ਨੂੰ ਦੋਸਤੋ 1,10,000 ਡਿਮਾਂਡ, 2 ਕੁ ਦਿਨ ਇਹਦੇ ਰਹਿੰਦੇ ਆ। ਇਹ 2 ਕੁ ਦਿਨ ਜਿਹੜੇ ਰਹਿੰਦੇ ਹੁੰਦੇ ਆਮ ਤੌਰ ਤੇ ਕਿਹਾ ਜਾਂਦਾ ਦੋਸਤੋ ਉਹ ਜਿਹੜੇ 10 ਮਹੀਨੇ ਪੂਰੇ ਹੋਣ ਦੇ ਹਿਸਾਬ ਤੇ। ਬਾਕੀ ਗਰਮੀ ਹੈ, ਪਤਾ ਵੀ ਨਹੀਂ ਲੱਗਦਾ ਪਸ਼ੂ ਕਦੋਂ ਸੁਪੇ, ਪਰ ਜਿਹੜੇ ਹਿਸਾਬ ਤੇ ਹਵਾਨੇ ਦੀ ਢਿੱਲ ਹੈ ਉਸ ਹਿਸਾਬ ਤੇ ਤਾਂ ਹਜੇ ਮੈਨੂੰ ਲੱਗਦਾ ਵੀ ਇਹ ਝੋਟੀ 5-7 ਦਿਨ ਆਰਾਮ ਨਾਲ ਲੈ ਜੂਗੀ। ਸੋਹਣਾ ਥਣ ਰੱਖੂਗੀ, ਸਿੰਘ ਬਿਲਕੁਲ ਕੁੰਡਾ, 4 ਦੰਦ ਝੋਟੀ ਚੰਗੀ ਸੰਭੀ ਵੀ ਹੈ, ਪਹਿਲਾ ਸੂਆ। ਜਿਹਨੂੰ ਪਸੰਦ ਆਵੇ ਦੋਸਤੋ ਨੰਬਰ ਸਕਰੀਨ ਉੱਤੇ ਜਿਹੜਾ ਲੱਗਾ ਕਾਲ ਇਸ 'ਤੇ ਕਰਨੀ ਹੈ। ਠੰਡੀ ਸੀਲ ਝੋਟੀ ਦੋਸਤੋ, ਥੁੱਲਿਓਂ ਥੋੜ੍ਹੀ ਜਿਹੀ ਪੂਛ ਚਿੱਟੀ ਹੈ, ਬਾਕੀ ਲਗਭਗ ਇਹ ਤੁਸੀਂ ਮੰਨੋ ਵੀ ਕਾਲੀ ਝੋਟੀ ਹੈ। ਹਵਾਨਾ ਥਣ ਦੋਸਤੋ ਦੇਖ ਸਕਦੇ ਹੋ, ਬਹੁਤ ਸੋਹਣਾ ਹਵਾਨਾ। ਇਹ ਦੇਖ ਲਓ ਪਹਿਲਾਂ ਝੋਟੀ ਦੋਸਤੋ, ਇਸ ਤਰ੍ਹਾਂ ਵੀਡੀਓ ਬਣਾਉਂਦੀ ਨਹੀਂ ਕੋਈ ਵੀ। ਤੇ HF ਗਾਵਾਂ ਵਾਂਗੂ ਢਿੱਲ ਹੈ ਹਵਾਨੇ ਦੇ ਵਿੱਚ, ਇੱਥੋਂ ਤੁਹਾਨੂੰ ਦਿਸੂਗਾ ਕਲੀਅਰ। ਉੱਤੇ 2 ਬਟਨ ਜੇ ਵੀ ਲੱਗੇ ਆ, ਆਮ ਤੌਰ ਤੇ ਪਸ਼ੂ ਹਵਾਨਾ ਚੰਗਾ ਖੋਲਦਾ ਹੁੰਦਾ। ਉੱਧਰ ਨੂੰ ਲੈ ਚੱਲੀ ਪਾਣੀ ਪਿਆਉਣਾ ਹੁੰਦੇ ਜਿੱਥੇ ਵੀਰ, ਇੱਧਰ ਨੂੰ ਲੈ ਜਾਂਦਾ। ਸੋ ਇਹ ਦੁਬਾਰਾ ਫੇਰ ਤੋਰ ਕੇ ਦਿਖਾਊਂਗਾ। 1,10,000 ਡਿਮਾਂਡ ਹੈ। ਕੁਛ ਮੌਕੇ ਤੇ ਦੋਸਤੋ ਰੇਟ ਘੱਟ ਜਾਣਾ, ਥਣਾਂ 'ਚ ਵਿੱਥੀ ਵਿੱਥੀ ਫੁੱਲ ਹੈ, ਚੰਗੀ ਹੈ, ਪਿੱਠਕੁੜੇ ਦੀ ਬਣਤਰ ਉੱਤੋਂ ਬਹੁਤ ਚੰਗੀ ਹੈ, ਪਿਓਰ ਮੂਹਰਾ ਨਸਲ ਇਹਨੂੰ ਮੰਨਾਂਗੇ। ਜਿਹਨੂੰ ਪਸੰਦ ਆਵੇ ਕਾਲ ਦੋਸਤੋ ਨੰਬਰ ਸਕਰੀਨ ਤੇ ਜਿਹੜਾ ਲੱਗਾ ਉਹਦੇ ਤੇ ਕਰਨੀ ਹੈ। ਬਾ ਮੋੜ ਲਾ ਬਾਈ, ਮੋੜ ਲਾ ਤੇ ਇਹ ਝੋਟੀ ਵਿਕਾਊ ਆ। ਇਹ ਕੁਝ ਪਸ਼ੂ ਦੋਸਤੋ ਹੋਰ ਵੀਰ ਕੋਲ ਰੱਖੇ ਹੋਏ ਆ, ਕੁਛ ਉੱਧਰ ਪਸ਼ੂ ਵੱਧੇ ਹੋਏ ਆ। ਸੋ ਮੇਨ ਵੀਡੀਓ ਇਸ ਝੋਟੀ ਦੀ, ਠੰਡੀ ਸੀਲ ਰਹੂਗੀ ਦੋਸਤੋ ਫੁੱਲ ਕਿਉਂਕਿ ਇਹਦੀ ਤੋਰ ਦੱਸਦੀ ਹੈ। ਬਾਕੀ ਸੂਣ ਦਾ ਜਿਹੜਾ ਉਹ ਗੱਲ ਪਸ਼ੂ ਦੇ ਦੋਸਤੋ ਡਿਪੈਂਡ ਕਰਦਾ ਵੀ ਉਹ ਕਿੰਨੀ ਛੇਤੀ ਸੂੰਦਾ, ਕਿੰਨੇ ਦਿਨ ਲੈਂਦਾ। ਜੇ 7 ਦਿਨ ਲੈਂਦੀ ਹੈ, 5 ਦਿਨ ਲੈਂਦੀ ਹੈ ਤਾਂ ਬਹੁਤ ਵੱਡਾ ਹਵਾਨਾ ਬਣਾਊ ਕਿਉਂਕਿ ਢਿੱਲ ਹਵਾਨੇ 'ਚ ਜਿਹੜੀ ਉਹ ਦੱਸਦੀ ਹੈ ਹਵਾਨਾ ਇਹਨੇ ਵੱਡਾ ਬਣਾਉਣਾ। ਬੰਦੇ ਬਾਈ, ਸੋ ਧੰਨਵਾਦ ਵੀਡੀਓ ਦੇਖਣ ਵਾਸਤੇ। ਝੋਟੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ, ਪਸੰਦ ਜਿਹਨੂੰ ਆਊਗੀ ਖਰੀਦ ਹੋ ਸਕਦਾ। ਧੰਨਵਾਦ।